ਅੱਛਾ, ਅੱਜ ਦਾ ਨੌਜਵਾਨ ਗੁਰੂ ਘਰ ਬੇਸ਼ੱਕ ਜਾ ਰਿਹਾ, ਰੁਟੀਨ ਦੇ ਨਾਲ ਵੀ ਜਾਂਦੇ ਦੇਖਿਆ, ਪਰ ਤਰਕਸ਼ੀਲ ਬਹੁਤ ਹੋ ਚੁੱਕਿਆ ਨੌਜਵਾਨਾਂ ਦਾ। ਜਦਕਿ ਉਹਨੂੰ ਚਾਹੀਦਾ ਸੀ ਕਿ ਵਿਵੇਕਸ਼ੀਲ ਰਹਿ ਕੇ ਅਸੀਂ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਗੁਰੂ ਘਰ ਦੇ ਵਿੱਚ ਜਾਈਏ ਤੇ ਉੱਥੋਂ ਕੁਝ ਸਿੱਖ ਕੇ ਆਈਏ, ਪਰ ਅੱਜ ਤਰਕਸ਼ੀਲ ਜਿਹੜਾ ਹੋ ਕੇ ਉੱਥੋਂ ਨਿਕਲ ਰਿਹਾ। ਦੇਖੋ, ਗੁਰਦੁਆਰਿਆਂ 'ਚੋਂ ਨਹੀਂ ਤਰਕਸ਼ੀਲ ਹੋ ਕੇ ਨਿਕਲਦਾ, ਤਰਕਸ਼ੀਲ ਬਣਾਉਂਦਾ ਵਾ ਮੀਡੀਆ। ਕਿਉਂਕਿ ਆ ਜੋ ਵੀ ਜ਼ਮਾਨਾ ਚੱਲ ਰਿਹਾ, ਮੀਡੀਆ ਦਾ ਯੁੱਗ ਆ, ਹਰ ਹੱਥ ਦੇ ਵਿੱਚ ਮੋਬਾਈਲ ਆ। ਇੱਕ ਜਿਹੜੀ ਵਿਚਾਰਧਾਰਾ ਦੇ ਨਾਲ ਸਿੱਖੀ ਦਾ ਕੋਈ ਦੂਰ ਦਾ ਵੀ ਹੈਗੀ ਨਹੀਂ, ਸਾਂਝ ਨਹੀਂ ਹੈਗੀ, ਉਹ ਯੂਨੀਵਰਸਿਟੀਆਂ ਤੇ ਕਾਲਜਾਂ 'ਚ। ਤੁਹਾਨੂੰ ਪਤਾ ਹੋਣਾ, ਪਟਿਆਲੇ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਕ ਬੱਚੀ ਦਾ ਮਾਮਲਾ ਆ ਗਿਆ, ਜਸ਼ਨ ਪ੍ਰੋਫੈਸਰ ਦੇ ਵੱਲੋਂ ਹੀ ਹਾਂ ਜੀ ਕਿਹਾ ਹਾਂ। ਜਾ ਰਿਹਾ ਸੀ। ਉਹ ਪ੍ਰੋਫੈਸਰ ਸਾਹਿਬ ਜਿਹੜੇ, ਉਹ ਕੌਣ ਆ? ਉਹ ਕਿਹੜੀ ਵਿਚਾਰਧਾਰਾ ਵਾਲੇ? ਨਾਸਤਕ ਹੀ ਆ ਨਾ ਉਹ, ਸਿੱਖੀ ਸਿੱਖੀ ਦੇ ਉਹ ਕਹਿੰਦੇ ਫੀਮ ਆ, ਧਰਮ ਦੇ ਕਹਿੰਦੇ ਫੀਮ ਆ। ਤੋਂ ਜਿਹੜਾ ਨਾਸਤਿਕਤਾ ਗੁਰਦੁਆਰਿਆਂ 'ਚੋਂ ਨਹੀਂ ਮਿਲੀ, ਨਾਸਤਿਕਤਾ ਅਦਾਰਿਆਂ 'ਚੋਂ ਮਿਲੀ। ਅਦਾਰਿਆਂ 'ਚੋਂ ਕਿਉਂ ਮਿਲੀ? ਕਿਉਂਕਿ ਜਿਹੜਾ ਧਰਮ ਆ, ਧਰਮ ਇੱਕ ਧਾਰਨ ਕਰਨ ਦੀ ਸ਼ੈ ਵਾ। ਧਰਮ ਮਤਲਬ ਕੋਈ ਇਹ ਨਹੀਂ ਹੈਗਾ ਵੀ ਦਿਖਾਵਾ ਵਾ, ਧਰਮ ਇੱਕ ਸਿਰਫ ਪੂਜਾ ਪ੍ਰਗਤੀ ਨਹੀਂ ਹੈਗੀ, ਧਰਮ ਧਾਰਨ ਕਰਨਾ, ਮੈਂ ਜਾਂ ਤੁਸੀਂ ਜਾਂ ਕਿਸੇ ਨੇ ਵੀ, ਉਹ ਧਰਮ ਦਿਖਣਾ ਚਾਹੀਦਾ ਬੰਦੇ ਜੀਵਨ 'ਚੋਂ ਵੀ ਹਾਂ, ਜਿਵੇਂ ਭਗਤ ਸਾਡੇ ਪੂਰਨ ਸਿੰਘ ਹੈਗੇ ਵੀ ਆਹ ਇਹ ਬੰਦਾ ਧਰਮੀ ਆ। ਜਿੱਥੇ ਜਾਂਦੇ ਨਿਹੰਗ ਸਿੰਘ ਹੁੰਦੇ, ਉਹ ਕਹਿੰਦੇ ਸੀ ਵੀ ਬੂਹੇ ਆਏ ਨੇ ਨਿਹੰਗ, ਬੂਹੇ ਖੋਲ ਦਿਓ ਨਿਸੰਗ, ਕਿ ਵੇਖ ਕੇ ਜਾਨ ਪੈ ਜਾਂਦੀ ਸੀ, ਮਤਲਬ ਧਰਮ ਆ ਨਾ ਇਹ। ਹੁਣ ਜਿਹੜੀ ਨਾਸਤਿਕਤਾ ਆਈ, ਨਾਸਤਿਕਤਾ ਆਈ ਅਦਾਰਿਆਂ 'ਚੋਂ, ਉਹ ਨਾਸਤਿਕਤਾ ਦੇ ਵਿੱਚੋਂ ਜਿਹੜੀ ਨੌਜਵਾਨਾਂ ਨੇ ਗ੍ਰਹਿਣ ਕੀਤਾ, ਉਹਦੇ 'ਚ ਫਿਰ ਦਿੱਤਾ ਗਈ। ਕਿਉਂਕਿ ਧਰਮ ਇੱਕ ਇਹੋ ਜਿਹੀ ਚੀਜ਼ ਆ, ਧਰਮ ਦੇ ਅਨੁਸਾਰ ਕੋਈ ਤਰੱਕੀ ਕਰੇ ਉਹ ਸਮਾਜ ਦਾ ਭਲਾ ਕਰੂਗਾ। ਪਾਤਸ਼ਾਹ ਨੇ ਬਾਣੀ 'ਚ ਆਖਿਆ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਤੁਸੀਂ ਪੜ੍ਹੀ ਆ ਤਾਂ ਹੀ ਲਾਭ ਆ ਜੇ ਉਹਦੇ ਨਾਲ ਤੁਸੀਂ ਭਲਾ ਕੀਤਾ। ਤੁਹਾਨੂੰ ਪਤਾ ਅੰਮ੍ਰਿਤਸਰ ਦੇ ਵਿੱਚ ਕੁਛ ਸਾਲ ਪਹਿਲਾਂ ਇੱਕ ਬੜਾ ਵੱਡਾ ਕਾਂਡ ਹੋਇਆ, ਔਰ ਬੜੇ ਪੜ੍ਹੇ ਲਿਖਿਆਂ ਦਾ ਕਾਂਡ ਹੀ ਆ। ਉੱਥੇ ਕੁਛ ਹਸਪਤਾਲਾਂ ਦੇ ਵਿੱਚ ਗਰੀਬ ਬੰਦੇ ਇਲਾਜ ਕਰਾਉਣ ਗਏ ਤੇ ਇਲਾਜ ਬਿਮਾਰ ਤੇ ਉਹ ਮਾੜੇ ਮੋਟੇ, ਪਰ ਉਹਨਾਂ ਨੇ ਉਹਨਾਂ ਦੀਆਂ ਕਿਡਨੀਆਂ ਕੱਢ ਕੇ ਵੇਚ ਦਿੱਤੀਆਂ, ਬਾਅਦ 'ਚ ਪਤਾ ਲੱਗਾ। ਹੁਣ ਕਿਡਨੀਆਂ ਕੋਈ ਅਨਪੜ੍ਹ ਤੇ ਕੱਢ ਨਹੀਂ ਸਕਦਾ, ਪੜ੍ਹਿਆਂ ਲਿਖਿਆਂ ਦਾ ਕੰਮ ਹੀ, ਪਰ ਜੇ ਉਹਨਾਂ ਪੜ੍ਹੇ ਲਿਖਿਆਂ ਦੇ ਕੋਲ ਧਰਮ ਹੁੰਦਾ, ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਪਾਤਸ਼ਾਹ ਨੇ ਆਖਿਆ ਵਾ ਵੀ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀ ਰਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਕਿ ਜਿਵੇਂ ਹਿੰਦੂ ਲਈ ਗਾਂ ਖਾਣਾ ਪਾਪ ਆ, ਮੁਸਲਮਾਨ ਲਈ ਸੂਰ ਖਾਣਾ, ਸਿੱਖ ਲਈ ਪਰਾਇਆ ਖਾਣਾ, ਇਹ ਨਹੀਂ ਸਾਡਾ ਗੁਰੂ ਗਵਾਹੀ ਨਹੀਂ ਭਰੂਗਾ। ਧਰਮ ਹੁੰਦਾ ਤੇ ਤਾਂ ਹੁੰਦਾ ਨਾ। ਜਦੋਂ ਅਸੀਂ ਕਿਹਾ ਵੀ ਧਰਮ ਦੀ ਲੋੜ ਹੀ ਨਹੀਂ, ਧਰਮ ਸਾਡੇ ਅਦਾਰਿਆਂ 'ਚ ਪੜ੍ਹਾਇਆ ਨਹੀਂ ਜਾ ਰਿਹਾ, ਧਰਮ ਦੱਸਿਆ ਨਹੀਂ ਜਾ ਰਿਹਾ, ਉਹ ਜੋ ਕੁਛ ਪੜ੍ਹ ਰਿਹਾ ਉਹ ਕੁਛ ਕਰਨਗੇ, ਉਹ ਨਾਸਤਿਕਤਾ ਉਹਨਾਂ ਦੇ ਵਿੱਚ ਤਾਂ ਕਰਕੇ ਆ। ਤਾਂ ਜੇ ਕੋਈ ਗੁਰਬਾਣੀ ਦੇ ਲੜ ਲੱਗ ਜੇ, ਵੇਖੋ ਪਾਤਸ਼ਾਹ ਦਾ ਨਾ ਇੱਕ ਬਾਣੀ ਦੇ ਵਿੱਚ ਬਚਨ ਹੈਗਾ, ਬੜਾ ਬੜਾ ਸੋਹਣਾ ਬਚਨ ਆ ਗੁਰੂ ਨਾਨਕ ਪਾਤਸ਼ਾਹ ਦਾ। ਉਹ ਆਖਦੇ ਆ ਕਿ ਆਪਣਾ ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਉਦਾਸੀਆਂ ਤੇ ਜਦੋਂ ਗਏ, ਦ੍ਰਿਸ਼ਟਾਂਤ ਆ ਕਿਉਂ ਗੁਰੂ ਸਾਹਿਬ ਕਵੀ ਵੀ ਆ, ਉਹ ਜਦੋਂ ਉਦਾਸੀਆਂ ਤੇ ਗਏ ਤੇ ਇੱਕ ਰਸਤੇ ਦੇ ਵਿੱਚ ਠਹਿਰੇ ਤੇ ਉਹ ਬੜੀ ਸੋਹਣੀ ਰਮਣੀਕ ਥਾਂ ਸੀ, ਸੋਹਣਾ ਉੱਥੇ ਪਾਣੀ ਸੀ, ਪੰਛੀ ਉੱਥੇ ਆਲੇ ਦੁਆਲੇ ਰੁੱਖਾਂ ਤੇ ਬੈਠੇ ਹਰਿਆਵਲੀ, ਥੋੜਾ ਸਮਾਂ ਬਾਬਾ ਜੀ ਉੱਥੇ ਠਹਿਰੇ। ਜਦੋਂ ਵਾਪਸ ਆਏ ਤਾਂ ਉੱਥੇ ਬਦਬੂ ਆ ਰਹੀ, ਉਸੇ ਥਾਂ ਤੇ ਸੜਾਂਦ ਆ ਰਹੀ, ਪਾਣੀ ਸੁੱਕ ਗਿਆ, ਰੁੱਖ ਸੁੱਕ ਗਏ, ਪੰਛੀ ਉੱਡ ਗਏ, ਤੇ ਉੱਥੇ ਸੜਾਂਦ ਆਵੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਵੀ ਉਹਨਾਂ ਨੇ ਪੁੱਛਿਆ, ਬੇਨਤੀ ਮੈਂ ਕਰ ਰਿਹਾ, ਧਰਮ ਤੋਂ ਟੁੱਟਣ ਕਰਕੇ ਸਾਡੀ ਜਾਂ ਸਮਾਜ ਦੀ ਦੁਰਦਸ਼ਾ ਕੀ ਹੋਊਗੀ? ਧਰਮ ਜ਼ਰੂਰੀ ਆ। ਉਹ ਬਾਬਾ ਜੀ ਨੇ ਪੁੱਛਿਆ, ਕਹਿੰਦੇ ਵੀ ਪੱਬਰ ਪੱਬਰ ਕਹਿੰਦੇ ਆ ਇਹਨੂੰ, ਜਲ ਦੇ ਸੋਮੇ ਨੂੰ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨ, ਕਹਿ ਦੋਖੜਾ ਸੜੇ ਓਏ, ਕਾਲੀ ਹੋਈ ਆ ਦੇਹੋਰੀ ਨਾਨਕ ਮੈਂ ਤਨ ਭੰਗ। ਕਹਿੰਦੇ ਵੀ ਤੂੰ ਏਡਾ ਸੋਹਣਾ ਸੀ, ਇੱਥੇ ਪੰਛੀ ਗੀਤ ਗਾਉਂਦੇ ਸੀ, ਇੱਥੇ ਹਰਿਆਵਲ ਸੀ, ਤੇ ਇਹ ਤੇਰਾ ਰੰਗ ਕਾਲਾ ਕਿਉਂ ਪੈ ਗਿਆ?
ਕਿਉਂ ਤੇਰੀ ਹਾਲਤ ਹੋ ਗਈ, ਦੁਰਦਸ਼ਾ ਕਿਉਂ ਹੋ ਗਈ, ਹੁਣ ਸੜਾਂ ਦਾ ਆਉਂ ਰਹੀ ਆ। ਉਹਨੇ ਫਿਰ ਜਵਾਬ ਦਿੱਤਾ, ਕਹਿੰਦਾ ਜਾਣਾ, ਕਹਿੰਦਾ ਮੈਂ ਜਾਣਦਾ ਮੇਰੀ ਹਾਲਤ ਕਿਉਂ ਹੋਈ, ਜਾਣਾ ਪਾਣੀ ਨਾਲ ਹਾਂ ਜੇ ਸੇਤੀ ਮੇਰਾ ਸੰਗ, ਜਿੱਤ ਡਿੱਠਾ ਤਨ ਪਰਫੜਾ ਚੜ੍ਹੈ ਚਵਗਣ ਵਨ। ਕਹਿੰਦੇ ਮੈਂ ਜਾਣਦਾ ਮੇਰੀ ਹਾਲਤ ਕਿਉਂ ਹੋਈ, ਮੇਰੀ ਹਾਲਤ ਇਹ ਹੋਈ ਵੀ ਮੇਰਾ ਸੋਮਾ ਸੀ ਜਿਹੜਾ ਪਾਣੀ, ਹੁਣ ਇੱਕ ਨਦੀ ਤੋਂ ਇੱਕ ਝੀਲ 'ਚ ਪਾਣੀ ਆ ਰਿਹਾ, ਉਹ ਜੇ ਤੇ ਦਰਿਆ ਤੋਂ ਪਾਣੀ ਆ ਰਿਹਾ ਉਹ ਤਾਜ਼ਾ ਪਾਣੀ ਮਿਲੂਗਾ ਤੇ ਉਹਨੇ ਸਾਫ਼ ਰਹਿਣਾ, ਪਰ ਉਹ ਕਹਿੰਦਾ ਵਕਤ ਦੀਆਂ ਹਨੇਰੀਆਂ ਨੇ ਮੇਰੇ ਤੇ ਦਰਿਆ ਦੇ ਵਿਚਕਾਰ ਬੰਨ ਬਣਾ ਤਾ, ਪਾਣੀ ਤੋਂ ਟੁੱਟਣ ਕਰਕੇ ਮੇਰੀ ਇਹ ਦੁਰਦਸ਼ਾ, ਮੇਰੇ 'ਚ ਸੜਾਂਦ ਆ ਰਹੀ ਆ, ਰੁੱਖ ਸੁੱਕ ਗਏ ਆ, ਪੰਛੀ ਉੱਡ ਗਏ ਆ, ਤੇ ਜਿੱਥੇ ਪਹਿਲਾਂ ਹਰੇ ਹਾਵਲ ਸੀ ਉੱਥੇ ਹੁਣ ਚਿੱਕੜ ਹੋ ਗਿਆ। ਹੁਣ ਇਹ ਜਿਹੜਾ ਸ਼ਬਦ ਵਾ ਇਹ ਸਾਨੂੰ ਆਪਣੇ ਸਮਾਜ ਤੇ ਵੇਖਣਾ ਪਊ। ਜੇ ਆਪਾਂ ਅੱਜ ਦੇ ਸਮਾਜ ਨੂੰ ਵੇਖੀਏ, ਆਪਾਂ ਰੋਜ਼ ਹੀ ਪੜ੍ਹਦੇ ਹਾਂ, ਨੌਜਵਾਨੀ ਮਰਦੀ ਨਾ ਚਿੱਟੇ ਨਾਲ ਮਰ ਰਹੀ ਆ, ਜਿਹੜੇ ਸਾਡੇ ਗੱਭਰੂ 7-7 ਫੁੱਟ ਦੇ ਨੇਜਿਆਂ ਦੇ ਸਾਹਮਣੇ ਏਦਾਂ ਖੜਦੇ ਡਿੱਗਦੇ ਨਹੀਂ, ਉਹ ਨਿੱਘੀ ਜਿਹੀ ਸੂਈ ਹੁੰਦੀ ਆ ਉਹ ਨਸ਼ੇ ਵਾਲੀ, ਉਹ ਨਿੱਘੀ ਜਿਹੀ ਸੂਈ ਕਿੰਨੀਆਂ ਵੀਡੀਓ ਆਉਂਦੀਆਂ, ਉਹ ਜਦੋਂ ਲੱਗਦੀ ਆ ਤੇ ਚੀਕਾਂ ਵੱਜ ਰਹੀਆਂ ਹੁੰਦੀਆਂ, ਝਾੜਾ ਪਿਆ ਹੁੰਦਾ, ਜਿਹੜੇ 7-7 ਫੁੱਟ ਨੇਜਿਆਂ ਦੇ ਸਾਹਮਣੇ ਖੜਦੇ, ਇਹੋ ਪੰਜਾਬ ਦੀ ਜਵਾਨੀ। ਪਰ ਜਦੋਂ ਅਸੀਂ ਧਰਮ ਤੋਂ ਟੁੱਟੇ ਹਾਂ, ਕਿਹਾ ਧਰਮ ਦੀ ਲੋੜ ਨਹੀਂ, ਉਹ ਧਰਮ ਤੋਂ ਟੁੱਟਣ ਕਰਕੇ ਸਾਡੇ ਅੱਜ ਉਹ ਕੱਜ ਤੇ ਵਿਕਾਰ ਆਏ ਜਿਹਦੀ ਸੜਾਂਦ ਆ ਰਹੀ ਆ। ਸੜਾਂਦ ਵੇਖੋ ਸਮਾਜ ਦੇ ਵਿੱਚ, ਆ ਪੜ੍ਹਦੇ ਨਹੀਂ ਆ, ਭਰਾ ਨੇ ਭਰਾ ਮਾਰਤਾ, ਭਰਾ ਨੇ ਮਾਂ ਮਾਰਤੀ, ਪੁੱਤ ਨੇ ਪਿਓ ਮਾਰਤਾ, ਭੈਣ ਮਾਰਤੀ, ਇਹ ਕਿਉਂ ਆ? ਧਰਮ ਤੋਂ ਟੁੱਟ ਕੇ, ਧਰਮ ਨੇ ਸਾਨੂੰ ਜੋੜ ਕੇ ਰੱਖਣਾ ਹੈ। ਧਰਮ ਤੋਂ ਟੁੱਟਣ ਕਰਕੇ ਸਾਡੇ 'ਚ ਸਵਾਰਥ ਵੱਧ ਗਿਆ, ਖੁਦਗਰਜੀ ਵੱਧ ਗਈ, ਉਹ ਖੁਦਗਰਜੀ ਵਧਣ ਕਰਕੇ ਸਾਡੇ 'ਚ ਵਿਸ਼ੇ ਵਿਕਾਰ ਆ, ਬੰਦੇ 'ਚ ਤਾਮ ਬਹੁਤ ਵਧਿਆ ਆ, ਤਪਸ਼ ਵੱਧ ਗਈ, ਮਾਇਆ ਦੀ ਭੁੱਖ ਵੱਧ ਗਈ। ਤੋ ਸਮਾਜ ਦੀ ਹਾਲਤ ਆਪਣੇ ਸਾਹਮਣੇ ਆ, ਆ ਪੰਜਾਬ ਦੀ ਜਿਹੜੀ ਦੁਰਦਸ਼ਾ ਧਰਮ ਤੋਂ ਟੁੱਟਣ ਕਰਕੇ ਆ। 1978 ਤੋਂ ਲੈ ਕੇ 84 ਵਿੱਚ ਧਰਮ ਪ੍ਰਚਾਰ ਦੀ ਵੱਡੀ ਲਹਿਰ ਪੰਜਾਬ ਦੀਆਂ ਯੂਨੀਵਰਸਿਟੀਆਂ 'ਚੋਂ ਅਪੀਲੀਆਂ ਪੱਗਾਂ ਵਾਲਿਆਂ ਦੇ ਉੱਠੀ, ਅੰਮ੍ਰਿਤਧਾਰੀ ਹੋ ਗਈ ਨੌਜਵਾਨੀ, ਪਹਿਲਾਂ ਬੜੀ ਨਾਸਤਿਕਤਾ ਦੀ ਨੇਰੀ, ਧਰਮ ਨੇ ਉਹਨਾਂ ਨੂੰ ਇਕੱਠੇ ਕੀਤਾ, ਤੇ ਵੇਖੋ 10 ਸਾਲ ਆਪਣੇ ਇਕਾਂ ਲਈ ਲੜੇ ਕਿ ਨਹੀਂ ਲੜੇ, ਅੱਜ ਉਹ ਤੋਂ ਵੱਧ ਨਸ਼ਿਆਂ ਨਾਲ ਸਾਡੇ ਇੱਥੇ ਮਰ ਰਹੇ। ਤੋ ਧਰਮ ਜੋੜਦਾ, ਧਰਮ ਸਮਾਜ ਨੂੰ ਸੁਧਾਰਦਾ, ਧਰਮ ਜਿਹੜਾ ਜੂਣਾ ਸਿਖਾਉਂਦਾ, ਪਰ ਜੇ ਅਸੀਂ ਧਰਮ ਦੇ ਨਾਲ ਜੁੜੀਏ, ਜੇ ਧਰਮ ਨੂੰ ਵਾਧੂ, ਧਰਮ ਇਹ ਨਹੀਂ ਹੈਗਾ ਵੀ ਸਵੇਰੇ ਫੜ ਕੇ ਆਪਾਂ ਫੋਟੋ ਅੱਗੇ ਅਗਰਬੱਤੀ ਦਿਖਾਤੀ, ਧਰਮ ਹੈਗਾ ਪਾਤਸ਼ਾਹ ਦੇ ਅੱਗੇ ਆਪਾਂ ਨਤਮਸਤਕ ਹੁੰਦੇ ਹਾਂ, ਬਾਣੀ ਦਾ ਪਾਠ ਕੀਤਾ ਤੇ ਉਹਦਾ ਆਪਾਂ ਅਮਲ ਕੀਤਾ, ਉਹਨੂੰ ਆਪਾਂ ਕਮਾਇਆ, ਕਮਾ ਲਿਆ ਤੇ ਫਿਰ ਧਰਮ ਸਾਡੇ ਜੀਵਨ 'ਚ ਆ ਗਿਆ, ਫਿਰ ਸਾਡੇ ਸਮਾਜ ਦੀ ਇਹ ਦੁਰਦਸ਼ਾ ਹੋਣੀ ਨਹੀਂ, ਫਿਰ ਤੇ ਬੰਦਾ ਜਿਹੜਾ ਵਾ ਆਪਣੇ ਵਿੱਚੋਂ ਲੰਗਰ ਚੱਲਦੇ ਆ, ਲੰਗਰ ਦਾ ਸੰਕਲਪ ਵੰਡ ਛਕਣਾ ਹੀ ਆ ਨਾ। ਤੁਸੀਂ ਕਿਹਾ ਸਿੱਖ ਕਿੱਦਾਂ ਦਾ ਹੋਵੇ, ਸਿੱਖ ਹੈਗਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਜਿਹਨੇ ਆ 3 ਚੀਜ਼ਾਂ ਤੇ ਅਮਲ ਕਰ ਲਿਆ ਉਹ ਸਿੱਖ ਆ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਹੁਣ ਇਹ ਵੰਡ ਛਕਣ ਦੇ ਸਿਧਾਂਤ ਕਰਕੇ ਸਾਡਾ ਸਮਾਜ ਹੀ ਨਾ, ਭਈ ਜਦੋਂ ਸਾਰੇ ਲੋਕਾਂ ਨੇ ਦਰਵਾਜ਼ੇ ਬੰਦ ਕਰਤੇ ਕੋਰੋਨਾ 'ਚ, ਸਿੱਖਾਂ ਨੇ ਲੰਗਰ ਵੀ ਲਾਤੇ, ਧਰਮ ਅਜੇ ਇਹ ਨਹੀਂ ਵੀ ਸਾਡਾ ਮੁੱਕ ਗਿਆ ਜਾਂ ਮੁੱਕੂਗਾ, ਇਹ ਜੁਗੋ ਜੁਗ ਟਲ ਇੱਦਾਂ ਹੀ ਰਹਿਣਾ। ਲੋੜ ਇਹ ਆ ਵੀ ਅਸੀਂ ਉਹਨੂੰ ਅਸਲ ਦੇ ਵਿੱਚ, ਹਕੀਕਤ ਦੇ ਵਿੱਚ ਉਹਨੂੰ ਧਾਰਨ ਕਰੀਏ। ਨਾਸਤਿਕਤਾ ਜਿਹੜੀ ਆ ਨਾ, ਤਰਕਸ਼ੀਲਤਾ, ਇਹ ਬੰਦੇ ਨੂੰ ਖੁਸ਼ਕ ਬਣਾ ਦੂਗੀ। ਉਹ ਕਹੂਗੀ ਵੀ ਹੁਣ ਮੰਨ ਲਓ ਵੀ ਆਪਾਂ ਕਿਸੇ ਦੀ ਮਦਦ ਕਰਨੀ ਹੈ ਤੇ ਧਰਮ ਨੇ ਕਹਿਣਾ ਵੀ ਸਾਡਾ ਫਰਜ਼ ਆ ਵੀ ਇੱਕ ਇਨਸਾਨ ਦੂਜੇ ਇਨਸਾਨ ਦੇ ਕੰਮ ਆਵੇ। ਤਰਕਸ਼ੀਲਤਾ ਨੇ ਕਹਿਣਾ ਵੀ ਜਿਹੜੇ ਮੈਂ 100 ਰੁਪਇਆ ਇੱਥੇ ਮਦਦ ਕਰਨੀ ਆ ਤੇ ਮੈਂ ਉੱਥੇ 100 ਦੀ ਜਾ ਕੇ ਲਾਂ ਡਫਲਾਂ ਉੱਥੇ ਠੇਕੇ 'ਚ, ਜਾਂ ਕੋਈ ਇੱਦਾਂ ਦੇ ਲੋਕ ਹੁੰਦੇ ਨਾ ਸਿਗਟਾਂ ਪੀ ਜਾਂਦੇ ਆ, ਬੀੜੀਆਂ ਪੀ ਜਾਂਦੇ ਆ, ਜਿਹੜੇ ਸਾਥੀ ਜੀ ਕਹਿੰਦੇ ਆ, ਉਹ ਕੀ ਆ ਸਮਾਜ ਨੂੰ, ਕੀ ਦੇਣ ਉਹਨਾਂ ਦੀ? ਦੇਣ ਤੇ ਵੇਖੋ ਉਹਨਾਂ ਦੀ ਆ ਜਿਹਨਾਂ ਨੇ ਧਰਮ ਨੂੰ ਕਮਾ ਲਿਆ, ਧਰਮ ਨੂੰ ਕਮਾਉਣਾ ਜ਼ਰੂਰੀ ਹੈ।